ਦੂਜੇ ਦੇ ਬੂਥਾਂ ਚ ਵੀ ਗਏ ਨੇ, ਕਾਂਗਰਸ ਦੇ ਉਮੀਦਵਾਰ ਨੇ, ਤੁਸੀਂ ਜਾ ਕੇ ਦੂਜੇ ਬੂਥਾਂ ਤੇ ਹੱਥ ਵੀ ਮਾਰਿਆ। ਐਮਪੀ ਇੱਕ ਜਗ੍ਹਾ ਇੱਕ ਬੰਦੇ ਦਾ ਨਹੀਂ ਹੁੰਦਾ, ਸਾਰਿਆਂ ਦਾ ਐਮਪੀ ਬਣਦਾ। ਸੋ ਦਿਸ ਇਜ਼, ਇਹੀ ਤਾਂ ਅਸੀਂ ਕੰਮ ਖਤਮ ਕਰਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੇਵਲ ਕਹਿੰਦੇ ਕਿ ਮੈਂ ਤਾਂ ਕੁਝ ਚੰਦ ਲੋਕਾਂ ਦਾ, ਦੇਸ਼ ਦਾ ਪ੍ਰਧਾਨ ਮੰਤਰੀ ਸਾਰੇ ਲੋਕਾਂ ਦਾ ਹੋਣਾ ਚਾਹੀਦਾ, ਬਲਕਿ ਸਾਰੇ ਦੇਸ਼ ਵਾਸੀਆਂ ਦਾ ਹੋਣਾ ਚਾਹੀਦਾ। ਸੋ ਉਹੀ ਹੈ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਹਰ ਵਿਅਕਤੀ ਨੂੰ ਤੁਸੀਂ ਸਤਿਕਾਰ ਦੇਣਾ ਤੁਹਾਡਾ ਫਰਜ਼ ਬਣਦਾ। ਸੋ ਵੀ ਆਰ ਡੂਇੰਗ ਦੈਟ। ਰਾਜਾ ਜੀ, ਇਸ ਵਾਰ ਦੇ ਇਲੈਕਸ਼ਨ ਕਿਵੇਂ ਵੱਖਰੇ ਲੱਗ ਰਹੇ ਨੇ ਤੁਹਾਨੂੰ, ਕਿਉਂਕਿ ਪੰਜਾਬ ਦੇ ਪ੍ਰਧਾਨ ਹੋ ਔਰ ਸੀਟ ਆ ਕੇ ਇੱਥੇ, ਔਰ ਬਿੱਟੂ ਤੁਹਾਡਾ ਪੁਰਾਣਾ ਸਾਥੀ? ਸੋ ਮੇਰੇ ਖਿਆਲ ਬਿੱਟੂ ਸਾਥੀ ਤਾਂ ਪੁਰਾਣਾ ਸੀ, ਲੇਕਿਨ ਉਹ ਜਿਸ ਪ੍ਰਕਾਰ ਦਾ ਧੋਖਾ ਕੀਤਾ ਬਿੱਟੂ ਨੇ, ਲੋਕਾਂ ਨੂੰ ਇਸ ਗੱਲ ਦਾ ਬੇਹੱਦ ਜ਼ਿਆਦਾ ਗੁੱਸਾ ਹੈ ਕਿ ਇੱਕ ਦਿਨ ਦੇ ਅੰਦਰ ਅੰਦਰ ਜਾ ਕੇ ਸ਼ਾਮਲ ਹੋ ਗਏ ਦੂਸਰੀ ਪਾਰਟੀ ਦੇ ਵਿੱਚ। ਹਾਂ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਬਹੁਤ ਵੱਡੀ ਲੈਗੇਸੀ ਸੀਗੀ ਪਰਿਵਾਰ ਦੀ, ਔਰ ਉਸ ਦਾ ਹੀ ਹਰਜਾਨਾ ਭੁਗਤਣਾ ਪੈ ਰਿਹਾ ਬਿੱਟੂ। ਤੁਹਾਡਾ ਇੰਨਾ ਵੱਡਾ ਐਕਸਪੀਰੀਅੰਸ ਹੈ ਚੁਣਾਵਾਂ ਦਾ, ਇਸ ਵਾਰ ਦੇ ਚੁਣਾਵ ਅਸੀਂ ਵੀ ਕਾਫੀ ਕਵਰ ਹੈ, ਮੁੱਦਿਆਂ ਦੀ ਗੱਲ ਕਰੀਏ, ਕਾਫੀ ਕਟਾਕਸ਼ ਹੋਏ ਨੇ। ਰਾਹੁਲ ਗਾਂਧੀ ਕਹਿੰਦੇ ਨੇ ਸੰਵਿਧਾਨ ਖਤਰੇ 'ਚ ਹੈ, ਮੋਦੀ ਔਰ ਬੀਜੇਪੀ ਕਹਿ ਰਹੀ ਹੈ ਕਿ ਸੰਵਿਧਾਨ ਬਚਾਉਣ ਦੀ ਗੱਲਾਂ ਇਹ ਪਾਰਟੀਆਂ ਕਰਦੀਆਂ ਨੇ। 100% ਸੰਵਿਧਾਨ ਬਣਾਇਆ ਕੀ ਨੇ, ਕਨਸਟੀਟਿਊਸ਼ਨ ਨੂੰ ਬਾਬਾ ਸਾਹਿਬ ਅੰਬੇਦਕਰ ਤੋਂ ਲੈ ਕੇ ਕਾਂਗਰਸ ਪਾਰਟੀ ਨੇ ਤਾਂ ਬਣਾਇਆ, ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿਹੜਾ ਕੋਈ ਯੋਗਦਾਨ ਪਾਇਆ? ਇਹਨਾਂ ਨੇ ਤਾਂ ਚੀਚੀ ਵੀ ਨਹੀਂ ਕਟਵਾਈ ਜਿਹੜੇ ਅੱਜ ਦੇਸ਼ ਭਗਤੀ ਦੀਆਂ ਗੱਲਾਂ ਕਰਦੇ। ਸਾਨੂੰ ਥੋੜੀ ਇਹ ਸਿਖਾਉਣਗੇ ਕਿ ਦੇਸ਼ ਭਗਤੀ ਕੀ ਹੈ ਔਰ ਦੇਸ਼ ਦਾ ਕਨਸਟੀਟਿਊਸ਼ਨ ਕੀ ਹੈ। ਜਿਨ੍ਹਾਂ ਨੇ ਦੇਸ਼ ਨੂੰ ਮਾਰਤਾ ਔਰ ਦੇਸ਼ ਦੇ ਅੰਦਰ ਨਫ਼ਰਤ, ਦੇਸ਼ ਦੇ ਅੰਦਰ ਨਫ਼ਰਤ ਪੈਦਾ ਕਰਤੀ। ਸਮਰਥਕਾਂ ਦੇ ਘਰ ਵੀ ਜਾ ਰਹੇ ਨੇ, ਔਰ ਲਾਸਟ ਸਵਾਲ ਹੈ ਰਾਜਾ ਸਾਹਿਬ, ਇੱਕ ਵਾਰ ਬਸ ਰੁਕ ਕੇ ਆਪਾਂ ਖਤਮ ਕਰ ਦਈਏ, ਕਿ ਕਿੰਨੀ ਕੁ ਸੀਟਾਂ ਔਰ ਆਪਣਾ ਕੀ ਮਾਹੌਲ ਦੇਖਦੇ ਹੋ ਕਿ ਸਾਥੀ ਤੁਹਾਡਾ ਆਹਮਣੇ ਸਾਹਮਣੇ? ਦੋ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਪੰਜਾਬ ਚ ਜਿੱਤੀ, ਸਭ ਤੋਂ ਵੱਧ, ਔਰ ਲੁਧਿਆਣਾ ਚ ਸਭ ਤੋਂ ਵੱਡਾ ਬਾਬਾ ਜੀ ਕਿਰਪਾ ਕਰਨ ਮਾਰਜਨ। ਦੂਜੇ ਦੇ ਬੂਥਾਂ ਚ ਵੀ ਗਏ ਨੇ, ਕਾਂਗਰਸ ਦੇ ਉਮੀਦਵਾਰ ਨੇ, ਤੁਸੀਂ ਜਾ ਕੇ ਦੂਜੇ ਬੂਥਾਂ ਤੇ ਹੱਥ ਵੀ ਮਾਰਿਆ। ਐਮਪੀ ਇੱਕ ਜਗ੍ਹਾ ਇੱਕ ਬੰਦੇ ਦਾ ਨਹੀਂ ਹੁੰਦਾ, ਸਾਰਿਆਂ ਦਾ ਐਮਪੀ ਬਣਦਾ। ਸੋ ਦਿਸ ਇਜ਼, ਇਹੀ ਤਾਂ ਅਸੀਂ ਕੰਮ ਖਤਮ ਕਰਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕੇਵਲ ਕਹਿੰਦੇ ਕਿ ਮੈਂ ਤਾਂ ਕੁਝ ਚੰਦ ਲੋਕਾਂ ਦਾ, ਦੇਸ਼ ਦਾ ਪ੍ਰਧਾਨ ਮੰਤਰੀ ਸਾਰੇ ਲੋਕਾਂ ਦਾ ਹੋਣਾ ਚਾਹੀਦਾ, ਬਲਕਿ ਸਾਰੇ ਦੇਸ਼ ਵਾਸੀਆਂ ਦਾ ਹੋਣਾ ਚਾਹੀਦਾ। ਸੋ ਉਹੀ ਹੈ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਹਰ ਵਿਅਕਤੀ ਨੂੰ ਤੁਸੀਂ ਸਤਿਕਾਰ ਦੇਣਾ ਤੁਹਾਡਾ ਫਰਜ਼ ਬਣਦਾ। ਸੋ ਵੀ ਆਰ ਡੂਇੰਗ ਦੈਟ। ਰਾਜਾ ਜੀ, ਇਸ ਵਾਰ ਦੇ ਇਲੈਕਸ਼ਨ ਕਿਵੇਂ ਵੱਖਰੇ ਲੱਗ ਰਹੇ ਨੇ ਤੁਹਾਨੂੰ, ਕਿਉਂਕਿ ਪੰਜਾਬ ਦੇ ਪ੍ਰਧਾਨ ਹੋ ਔਰ ਸੀਟ ਆ ਕੇ ਇੱਥੇ, ਔਰ ਬਿੱਟੂ ਤੁਹਾਡਾ ਪੁਰਾਣਾ ਸਾਥੀ? ਸੋ ਮੇਰੇ ਖਿਆਲ ਬਿੱਟੂ ਸਾਥੀ ਤਾਂ ਪੁਰਾਣਾ ਸੀ, ਲੇਕਿਨ ਉਹ ਜਿਸ ਪ੍ਰਕਾਰ ਦਾ ਧੋਖਾ ਕੀਤਾ ਬਿੱਟੂ ਨੇ, ਲੋਕਾਂ ਨੂੰ ਇਸ ਗੱਲ ਦਾ ਬੇਹੱਦ ਜ਼ਿਆਦਾ ਗੁੱਸਾ ਹੈ ਕਿ ਇੱਕ ਦਿਨ ਦੇ ਅੰਦਰ ਅੰਦਰ ਜਾ ਕੇ ਸ਼ਾਮਲ ਹੋ ਗਏ ਦੂਸਰੀ ਪਾਰਟੀ ਦੇ ਵਿੱਚ। ਹਾਂ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਬਹੁਤ ਵੱਡੀ ਲੈਗੇਸੀ ਸੀਗੀ ਪਰਿਵਾਰ ਦੀ, ਔਰ ਉਸ ਦਾ ਹੀ ਹਰਜਾਨਾ ਭੁਗਤਣਾ ਪੈ ਰਿਹਾ ਬਿੱਟੂ। ਤੁਹਾਡਾ ਇੰਨਾ ਵੱਡਾ ਐਕਸਪੀਰੀਅੰਸ ਹੈ ਚੁਣਾਵਾਂ ਦਾ, ਇਸ ਵਾਰ ਦੇ ਚੁਣਾਵ ਅਸੀਂ ਵੀ ਕਾਫੀ ਕਵਰ ਹੈ, ਮੁੱਦਿਆਂ ਦੀ ਗੱਲ ਕਰੀਏ, ਕਾਫੀ ਕਟਾਕਸ਼ ਹੋਏ ਨੇ। ਰਾਹੁਲ ਗਾਂਧੀ ਕਹਿੰਦੇ ਨੇ ਸੰਵਿਧਾਨ ਖਤਰੇ 'ਚ ਹੈ, ਮੋਦੀ ਔਰ ਬੀਜੇਪੀ ਕਹਿ ਰਹੀ ਹੈ ਕਿ ਸੰਵਿਧਾਨ ਬਚਾਉਣ ਦੀ ਗੱਲਾਂ ਇਹ ਪਾਰਟੀਆਂ ਕਰਦੀਆਂ ਨੇ। 100% ਸੰਵਿਧਾਨ ਬਣਾਇਆ ਕੀ ਨੇ, ਕਨਸਟੀਟਿਊਸ਼ਨ ਨੂੰ ਬਾਬਾ ਸਾਹਿਬ ਅੰਬੇਦਕਰ ਤੋਂ ਲੈ ਕੇ ਕਾਂਗਰਸ ਪਾਰਟੀ ਨੇ ਤਾਂ ਬਣਾਇਆ, ਇਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਕਿਹੜਾ ਕੋਈ ਯੋਗਦਾਨ ਪਾਇਆ? ਇਹਨਾਂ ਨੇ ਤਾਂ ਚੀਚੀ ਵੀ ਨਹੀਂ ਕਟਵਾਈ ਜਿਹੜੇ ਅੱਜ ਦੇਸ਼ ਭਗਤੀ ਦੀਆਂ ਗੱਲਾਂ ਕਰਦੇ। ਸਾਨੂੰ ਥੋੜੀ ਇਹ ਸਿਖਾਉਣਗੇ ਕਿ ਦੇਸ਼ ਭਗਤੀ ਕੀ ਹੈ ਔਰ ਦੇਸ਼ ਦਾ ਕਨਸਟੀਟਿਊਸ਼ਨ ਕੀ ਹੈ। ਜਿਨ੍ਹਾਂ ਨੇ ਦੇਸ਼ ਨੂੰ ਮਾਰਤਾ ਔਰ ਦੇਸ਼ ਦੇ ਅੰਦਰ ਨਫ਼ਰਤ, ਦੇਸ਼ ਦੇ ਅੰਦਰ ਨਫ਼ਰਤ ਪੈਦਾ ਕਰਤੀ। ਸਮਰਥਕਾਂ ਦੇ ਘਰ ਵੀ ਜਾ ਰਹੇ ਨੇ, ਔਰ ਲਾਸਟ ਸਵਾਲ ਹੈ ਰਾਜਾ ਸਾਹਿਬ, ਇੱਕ ਵਾਰ ਬਸ ਰੁਕ ਕੇ ਆਪਾਂ ਖਤਮ ਕਰ ਦਈਏ, ਕਿ ਕਿੰਨੀ ਕੁ ਸੀਟਾਂ ਔਰ ਆਪਣਾ ਕੀ ਮਾਹੌਲ ਦੇਖਦੇ ਹੋ ਕਿ ਸਾਥੀ ਤੁਹਾਡਾ ਆਹਮਣੇ ਸਾਹਮਣੇ? ਦੋ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਪੰਜਾਬ ਚ ਜਿੱਤੀ, ਸਭ ਤੋਂ ਵੱਧ, ਔਰ ਲੁਧਿਆਣਾ ਚ ਸਭ ਤੋਂ ਵੱਡਾ ਬਾਬਾ ਜੀ ਕਿਰਪਾ ਕਰਨ ਮਾਰਜਨ।